ਸ਼ਹਿਰ ਦੇ ਵਿਕਾਸ ਦੇ ਲਈ ਵਚਨਬੱਧ ਹੈ, ਜਿਹਦੇ ਲਈ ਵੱਡੇ ਪੱਧਰ ਦੇ ਉੱਪਰ ਕੰਮ ਜਿਹੜੇ ਉਹ 2.5 ਸਾਲਾਂ ਦੇ ਵਿੱਚ ਚੱਲ ਰਹੇ ਨੇ। ਔਰ ਇਸੇ ਲੜੀ ਦੇ ਵਿੱਚ ਅੱਜ ਗਿੱਦੜਬਾਹਾ ਦੇ ਵਿੱਚ ਦੁਬਾਰਾ ਪਹੁੰਚੇ ਮੇਰੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀ ਲਾਡੀ ਢੋਸ ਜੀ, MLA ਸਾਹਿਬ, ਡਿੰਪੀ ਜੀ, ਕੌਣੀ ਸਾਹਿਬ ਔਰ ਪ੍ਰਿਤਪਾਲ ਸ਼ਰਮਾ ਜੀ। ਅੱਜ ਇਕੱਲੇ ਗਿੱਦੜਬਾਹਾ ਹਲਕੇ ਦੇ ਹੀ 7 ਪਿੰਡਾਂ ਦੇ ਵਿੱਚ ਪ੍ਰੋਗਰਾਮ ਨੇ, ਜਿੱਥੇ 23 ਸੜਕਾਂ ਫਿਰਨੀਆਂ ਛੋਟੀਆਂ ਰੋਡਸ ਨੇ ਜਿਹੜੀਆਂ ਲਿੰਕ ਰੋਡਸ ਨੇ ਉਹਨਾਂ ਦਾ ਨਵੀਆਂ ਦਾ ਜਾਂ ਰਿਪੇਅਰ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਕਰਾਉਣ ਦੇ ਲਈ ਆਇਆ। ਔਰ ਤਕਰੀਬਨ 130 ਕਿਲੋਮੀਟਰ ਨਵੀਆਂ ਸੜਕਾਂ 18 ਕਰੋੜ 57 ਲੱਖ ਰੁਪਏ ਦੇ ਨਾਲ ਅੱਜ ਇਹਨਾਂ ਸੜਕਾਂ ਦਾ ਨੀਂਹ ਪੱਥਰ ਰੱਖ ਰਹੇ ਹਾਂ, ਜਿਹੜੀਆਂ ਕਿ ਆਉਣ ਵਾਲੇ 1-1.5 ਮਹੀਨੇ ਦੇ ਵਿੱਚ ਬਣ ਕੇ ਕੰਪਲੀਟ ਹੋ ਜਾਣਗੀਆਂ, ਤਾਂ ਕਿ ਲੋਕਾਂ ਨੂੰ, ਪਿੰਡਾਂ ਦੇ ਲੋਕਾਂ ਨੂੰ ਖਾਸ ਤੌਰ 'ਤੇ ਜਿਹੜੀ ਮੁਸ਼ਕਲਾਂ ਦਿੱਕਤਾਂ ਆਉਂਦੀਆਂ ਨੇ ਬੇਸਿਕ ਇਨਫਰਾਸਟ੍ਰਕਚਰ ਦੇ ਪੱਖੋਂ, ਉਹਨਾਂ ਨੂੰ ਦੂਰ ਕੀਤਾ ਜਾਵੇ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਗਿੱਦੜਬਾਹਾ ਹਲਕੇ ਦੇ ਬਾਕੀ ਦੀ ਦੇ ਵੀ ਜਿਹੜੇ ਰਹਿੰਦੇ ਕੰਮ ਨੇ ਉਹਨਾਂ ਨੂੰ ਬੜੀ ਜਲਦੀ ਸ਼ੁਰੂਆਤ ਕਰਕੇ, ਜੋ ਪਿਛਲੇ ਲੰਬੇ ਸਮੇਂ ਤੋਂ ਗਿੱਦੜਬਾਹਾ ਹਲਕਾ ਬੇਸਿਕ ਫੈਸਿਲਿਟੀਜ਼ ਤੋਂ ਤਰਸਿਆ ਪਿਆ ਸੀਗਾ, ਉਹਨਾਂ ਨੂੰ ਦੂਰ ਕੀਤਾ ਜਾਏਗਾ, ਤਾਂ ਕਿ ਇੱਕ ਚੰਗਾ ਮੁੱਢਲਾ ਬੇਸਿਕ ਇਨਫਰਾਸਟ੍ਰਕਚਰ ਹੈ ਜਿਹੜਾ ਉਹ ਗਿੱਦੜਬਾਹਾ ਨੂੰ ਦਿੱਤਾ ਜਾ ਸਕੇ। ਨਵੀਆਂ ਸੜਕਾਂ 18 ਕਰੋੜ 57 ਲੱਖ ਰੁਪਏ ਦੇ ਨਾਲ ਅੱਜ ਇਹਨਾਂ ਸੜਕਾਂ ਦਾ ਨੀਂਹ ਪੱਥਰ ਰੱਖ ਰਹੇ ਹਾਂ, ਜਿਹੜੀਆਂ ਕਿ ਆਉਣ ਵਾਲੇ 1-1.5 ਮਹੀਨੇ ਦੇ ਵਿੱਚ ਬਣ ਕੇ ਕੰਪਲੀਟ ਹੋ ਜਾਣਗੀਆਂ, ਤਾਂ ਕਿ ਲੋਕਾਂ ਨੂੰ, ਪਿੰਡਾਂ ਦੇ ਲੋਕਾਂ ਨੂੰ ਖਾਸ ਤੌਰ 'ਤੇ ਜਿਹੜੀ ਮੁਸ਼ਕਲਾਂ ਦਿੱਕਤਾਂ ਆਉਂਦੀਆਂ ਨੇ ਬੇਸਿਕ ਇਨਫਰਾਸਟ੍ਰਕਚਰ ਦੇ ਪੱਖੋਂ, ਉਹਨਾਂ ਨੂੰ ਦੂਰ ਕੀਤਾ ਜਾਵੇ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਗਿੱਦੜਬਾਹਾ ਹਲਕੇ ਦੇ ਬਾਕੀ ਦੀ ਦੇ ਵੀ ਜਿਹੜੇ ਰਹਿੰਦੇ ਕੰਮ ਨੇ ਉਹਨਾਂ ਨੂੰ ਬੜੀ ਜਲਦੀ ਸ਼ੁਰੂਆਤ ਕਰਕੇ, ਜੋ ਪਿਛਲੇ ਲੰਬੇ ਸਮੇਂ ਤੋਂ ਗਿੱਦੜਬਾਹਾ ਹਲਕਾ ਬੇਸਿਕ ਫੈਸਿਲਿਟੀਜ਼ ਤੋਂ ਤਰਸਿਆ ਪਿਆ ਸੀਗਾ, ਉਹਨਾਂ ਨੂੰ ਦੂਰ ਕੀਤਾ ਜਾਏਗਾ, ਤਾਂ ਕਿ ਇੱਕ ਚੰਗਾ ਮੁੱਢਲਾ ਬੇਸਿਕ ਇਨਫਰਾਸਟ੍ਰਕਚਰ ਹੈ ਜਿਹੜਾ ਉਹ ਗਿੱਦੜਬਾਹਾ ਨੂੰ ਦਿੱਤਾ ਜਾ ਸਕੇ। ਮੇਰੇ ਸਾਰੇ ਸਤਿਕਾਰਯੋਗ ਸਾਥੀਓ, ਮੇਰੇ ਬਜ਼ੁਰਗੋ, ਮਾਤਾਵਾਂ, ਭੈਣਾਂ, ਮੇਰੇ ਨੌਜਵਾਨ ਸਾਥੀ ਵੀਰ, ਪਾਰਟੀ ਦੇ ਸਾਰੇ ਦਰਜਾ ਬੇਦਰਜਾ ਸਾਡੇ ਅਹੁਦੇਦਾਰ ਸਾਹਿਬਾਨ ਮੇਰੇ ਨਾਲ ਹੈ, ਮੇਰੇ ਸਾਥੀ ਵੀਰ, ਮੇਰੇ ਕਲੀਗ ਲਾਡੀ ਢੋਸ ਜੀ, MLA ਸਾਹਿਬ, ਸਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, ਸਭ ਤੋਂ ਪਹਿਲਾਂ ਤਾਂ ਵਧੀਰ ਵਾਲਿਓ, ਤੁਹਾਨੂੰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਮੁਬਾਰਕਬਾਦ ਕਿ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਕੰਮ ਅੜੇ ਪਏ ਸੀਗੇ ਗਿੱਦੜਬਾਹਾ ਹਲਕੇ ਦੇ, ਉਹਨਾਂ ਦੇ ਕੰਮ ਦੀ ਸ਼ੁਰੂਆਤ ਹੈ ਜਿਹੜੀ ਉਹ ਪਿਛਲੇ ਕੁਝ ਸਮੇਂ ਤੋਂ ਸ਼ੁਰੂ ਹੋਈ ਹੋਈ ਹੈ। ਪਹਿਲਾਂ ਵੀ 2 ਸਾਲਾਂ ਦੇ ਵਿੱਚ ਚਾਹੇ 24 ਘੰਟੇ ਬਿਜਲੀ ਦੀ ਆਪਾਂ ਗੱਲ ਕਰ ਲਈਏ, ਹਰ ਘਰ ਨੂੰ ਬਿਜਲੀ ਫ੍ਰੀ ਦੀ ਗੱਲ ਕਰ ਲਈਏ, ਜਿਹੜੇ ਲਾਈਟ ਦੀ ਸਹੂਲਤ ਦੀ ਗੱਲ ਕਰ ਲਈਏ, ਨੌਕਰੀਆਂ ਦੀ ਗੱਲ ਕਰ ਲਈਏ, 45,000 ਬਿਨਾਂ ਪੈਸਿਆਂ ਤੋਂ, ਬਿਨਾਂ ਸਿਫਾਰਿਸ਼ਾਂ ਤੋਂ ਸਿਹਤ ਤੇ ਸਿੱਖਿਆ ਸਹੂਲਤਾਂ ਦੀ ਗੱਲ ਕਰ ਲਈਏ, ਸਾਰਿਆਂ ਦੇ ਵਿੱਚ ਬਹੁਤ ਕੰਮ ਹੋਇਆ, ਪਰ ਜਿਹੜੇ ਮੁੱਢਲੇ ਕੰਮ, ਕਈ ਕੰਮ ਜਿਹੜੇ ਰੁਕੇ ਪਏ ਸੀਗੇ ਪਿਛਲੇ ਲੰਬੇ ਸਮੇਂ ਤੋਂ, ਲੰਬੇ ਸਮੇਂ ਦੀਆਂ ਸਰਕਾਰਾਂ ਤੋਂ, ਉਹਨਾਂ ਦੇ ਕੰਮ ਦਾ ਸ਼ੁਰੂਆਤ ਹੈ ਉਹ ਵੀ ਹੋ ਚੁੱਕੀ ਹੈ। ਤੇ ਇਸੇ ਲੜੀ ਦੇ ਵਿੱਚ ਅੱਜ ਗਿੱਦੜਬਾਹਾ ਹਲਕੇ ਦੇ 130 ਕਿਲੋਮੀਟਰ ਲੰਬੀਆਂ ਸੜਕਾਂ, ਲਿੰਕ ਰੋਡਾਂ ਫਿਰਨੀਆਂ 18.5 ਕਰੋੜ ਦੀ ਲਾਗਤ ਦੇ ਨਾਲ ਉਹ ਸ਼ੁਰੂਆਤ ਹੈ ਉਹਨਾਂ ਦੀ ਹੋਣ ਜਾ ਰਹੀ, ਜਿਹਦੇ ਵਿੱਚ ਤੁਹਾਡੇ ਹਿੱਸੇ ਵੀ 2 ਸੜਕਾਂ ਫਿਰਨੀਆਂ 2 ਕਰੋੜ 21 ਲੱਖ ਰੁਪਏ ਦੀ ਲਾਗਤ ਦੇ ਨਾਲ ਉਹ ਆਈਆਂ ਨੇ। ਮੈਂ ਤੁਹਾਨੂੰ ਵਿਸ਼ਵਾਸ ਦਵਾਉਣਾ ਕਿ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ, ਭਗਵੰਤ ਮਾਨ ਜੀ ਦੀ ਸਰਕਾਰ ਦੀ ਅਗਵਾਈ ਦੇ ਵਿੱਚ ਕੱਲਾ ਕੱਲਾ ਕੰਮ ਹੈ ਜਿਹੜਾ ਉਹ ਗਿੱਦੜਬਾਹਾ ਹਲਕੇ ਦਾ ਹੋਊਗਾ। ਉਹਦੇ ਲਈ ਸਾਨੂੰ ਤੁਹਾਡੇ ਸਾਥ ਸਹਿਯੋਗ ਦੀ ਲੋੜ ਹੈ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਚਾਹੇ ਸਾਰੇ ਦਾ ਸਾਰਾ ਮਾਲਵਾ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਭੁਗਤਿਆ, 69 ਦੇ ਵਿੱਚੋਂ 66 ਸੀਟਾਂ ਆਈਆਂ, ਪਰ ਤੁਹਾਡਾ ਤੁਸੀਂ ਕਿਸੇ ਗੱਲੋਂ ਪਛੜ ਕੇ, ਪਰ ਮੈਂ ਸਮਝਦਾ ਕਿ ਇਹ ਇੱਕ ਸੁਨਹਿਰੀ ਮੌਕਾ ਹੈ ਤਾਂ ਕਿ ਸਰਕਾਰ ਦੇ ਵਿੱਚ ਤੁਸੀਂ ਆਪਦਾ ਨੁਮਾਇੰਦਾ ਜਿਹੜਾ
ਉਹ ਭੇਜ ਸਕੋ, ਤੁਹਾਡਾ ਵਕੀਲ ਬਣ ਕੇ ਤੁਹਾਡੇ ਸਾਰੇ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਨੁਮਾਇੰਦਾ ਕਰੂਗਾ। ਇਹ ਤੁਹਾਨੂੰ ਵਿਸ਼ਵਾਸ ਦਵਾਉਂਦੇ ਹਾਂ, ਤੁਹਾਡੇ ਨਾਲ ਵਾਅਦਾ ਕਰਦੇ ਹਾਂ। ਸੋ ਤਗੜੇ ਹੋ ਜਾਓ, ਹੰਬਲਾ ਮਾਰੋ, ਹਿੰਮਤ ਕਰੋ। ਕੱਲਾ ਕੱਲਾ ਕੰਮ ਹੈ ਜਿਹੜਾ ਉਹ ਗਿੱਦੜਵਾ ਹਲਕੇ ਦਾ, ਉਹ ਕਰਾ ਕੇ ਦਮ ਲਓਗੀ ਭਗਵੰਤ ਮਾਨ ਜੀ ਦੀ ਸਰਕਾਰ। ਸੋ ਇੰਨੇ ਸ਼ਬਦਾਂ ਦੇ ਨਾਲ ਸਾਰਿਆਂ ਦਾ ਦਿਲ ਦੀ ਗਹਿਰਾਈ 'ਚੋਂ ਬਹੁਤ ਬਹੁਤ ਧੰਨਵਾਦ। ਵਾਹਿਗੁਰੂ।